ਪਾਤਸ਼ਾਹ ਚੜ੍ਹਦੀ ਕਲਾ ਹੋਵੇ ਖਾਲਸੇ ਪੰਥ ਦੀ। ਸਾਨੂੰ ਜਿਹੜੇ ਜਿੰਨਾ ਇਹਨਾਂ ਨੇ ਮਾਰਾਂ ਜਿਹੜੇ 84 ਤੋਂ ਬਾਅਦ ਸਾਡੇ ਤੇ ਅਟੈਕ ਹੋਇਆ, ਜਿਹੜੀਆਂ ਮੁਗਲਾਂ ਤੋਂ ਕਸਰਾਂ ਰਹਿ ਗਈਆਂ ਸੀ ਨਾ, ਉਹ ਇਸ ਹਕੂਮਤ ਨੇ ਸਾਡੇ ਤੇ ਕੱਢੀਆਂ। ਹੋਰ ਅਸੀਂ ਜਿਸ ਸਮੇਂ ਸਤਿਗੁਰੂ ਕਲਗੀਧਰ ਪਾਤਸ਼ਾਹੀਆਂ ਨਾਲ ਚਮਕੌਰ ਦੇ ਵਿੱਚ ਜੰਗ ਲੱਗਾ ਨਾ, ਉਹ ਜੰਗ ਦੇ ਵਿੱਚ ਬੜੇ ਤਕੜੇ ਜਰਨੈਲ ਆਏ, ਖਵਾਜਾ ਮਰਦੂਦ ਹੈ, ਅਨਾਰ ਖਾਨ ਵਰਗੇ ਜਰਨੈਲ, ਇਹੋ ਜਿਹੇ ਜਰਨੈਲ ਆਏ ਤੇ ਸਤਿਗੁਰੂ ਜੀ ਕਹਿੰਦੇ ਮੈਂ ਇਹਦੇ ਪਹਿਲਾਂ 30 ਜਰਨੈਲਾਂ ਨੂੰ ਹੀ ਮਾਰਾਂਗੇ। ਜਦੋਂ ਸਤਿਗੁਰੂ ਜੀ ਨੇ ਆਪਣੇ ਭੱਠੇ ਦੇ ਵਿੱਚੋਂ ਇੱਕ ਤੀਰ ਕੱਢਿਆ ਨਾ, ਉਹ ਜਿਹੜਾ ਤੀਰ ਮਹਾਰਾਜ ਸੱਚੇ ਪਾਤਸ਼ਾਹ ਛੱਡਦੇ ਸਨ ਨਾ ਜਦੋਂ, ਤੇ ਉਹ ਘੱਟੋ ਘੱਟ ਨਾ 10-10 ਹਜ਼ਾਰ ਜਿਹੜੀ ਸ਼ਾਂਤੀ ਤੋਂ ਨਿਕਲ ਜਾਂਦੀ। ਵਾਹ ਵਾਹ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੌਜੋ ਗੁਰੂ ਪਿਆਰਿਓ, ਆਪਾਂ ਜਲੰਧਰ ਪਹੁੰਚ ਚੁੱਕੇ ਹਾਂ। ਜਲੰਧਰ ਦੇ ਸ਼ਹਿਰ ਦੇ ਵਿੱਚ ਦੀ ਸੰਗਤ ਵਹੀਰ ਖਾਲਸਾ ਵਹੀਰ ਲੰਘ ਰਹੀ ਆ। ਆਓ ਕਰਕੇ ਦਰਸ਼ਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਪਾਲਕੀ ਰੂਪ ਹਨ। ਨਾਜ਼ਰ ਨਾਜ਼ਰ ਸਤਿਗੁਰੂ ਗੁਰੂ ਪਿਤਾ ਮਹਾਰਾਜ ਹਨ। ਖਾਲਸਾ ਫੌਜਾਂ ਸਾਰੀਆਂ ਮਾਵਾਂ ਭੈਣਾਂ ਸਾਡੀਆਂ ਬੱਚੀਆਂ ਤਿਆਰ ਬਰ ਤਿਆਰ। ਗੰਡਾਸਾ ਸਿੰਘ ਜੀ ਸਾਡੇ ਦੀ ਕਿਰਪਾ ਨਾ ਕਰੀ ਗਏ ਭਾਈ ਅਮਰਤਪਾਲ ਸਿੰਘ ਗੁਰੂ ਮੇਰਾ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਹੋਵੇ ਖਾਲਸੇ ਪੰਥ ਦੀ, ਜਿਹੜੀਆਂ ਖਾਲਸੇ ਪੰਥ ਸਮੇਂ ਸਮੇਂ ਨਾਲ ਜਿਹੜੀਆਂ ਹੁਣ ਕ੍ਰਿਤੀਆਂ ਵੜ ਗਈਆਂ ਜਾਂ ਸਾਡੇ ਕੋਈ ਅਧਿਕਾਰ ਆ ਖਾਲਸੇ ਪੰਥ ਦੀ ਆਪਦੀ ਮਾਣ ਮਰਿਆਦਾ, ਉਹਦੇ ਲਈ ਲੜ ਸਕੀਏ, ਉਹਦੇ ਲਈ ਜੂਝ ਸਕੀਏ। ਅਤੇ ਅੱਜ ਸ਼ਾਮ ਨੂੰ ਆਪਾਂ ਇਕੱਲਿਆਂ ਬੈਠ ਕੇ ਤੁਹਾਡੇ ਨਾਲ ਥੋੜ੍ਹੀਆਂ ਜਾਂ ਦਿਲ ਦੀਆਂ ਵੀ ਗੱਲਾਂ ਕਰਨੀਆਂ। ਮਹਾਰਾਜ ਸੱਚੇ ਪਾਤਸ਼ਾਹ ਮਿਹਰ ਕਰਨ, ਗੁਰੂ ਦਾਤਾ ਸਦਾ ਸਹਾਈ ਰਵੇ ਸਤਿਗੁਰੂ। ਖਾਲਸੇ ਪੰਥ ਹੈ ਵਧੀਆ, ਮੈਂ ਨਾ ਵੀ ਬਹੁਤ ਲੰਮੇ ਪੈਂਡੇ ਆ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਪੈਂਡਿਆਂ ਨੂੰ ਚੜ੍ਹਦੀ ਗਲਾਂ ਨਾਲ ਤੈਅ ਕਰਨ ਦਾ ਬਲ ਬਖਸ਼ੇ। ਸੁੱਖ ਮੈਂ ਬਹੁਤ ਸੰਗੀ ਪਏ, ਦੁੱਖ ਮੈਂ ਸੰਗ ਨਾ ਕੋਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਸੁੱਖ 'ਚ ਸਾਰੇ ਹੀ ਮਿਲ ਜਾਂਦੇ ਹੁੰਦੇ ਆ, ਪਰ ਦੁੱਖਾਂ 'ਚ ਕੋਈ ਨਹੀਂ ਸਾਥ ਦਿੰਦਾ, ਉਹ ਪਰਮਾਤਮਾ ਹੀ ਦਿੰਦਾ ਗਾ। ਉਹੀ ਸੱਚਾ ਸੱਜਣ ਮਿਲਿਆ ਜੇ ਸਤਿਗੁਰੂ ਹੇਤ ਪਿਆਰ, ਸੱਚੇ ਸੱਜਣ ਨਾਲ ਹੀ ਆਪਦਾ ਪਿਆਰ ਰੱਖੋ, ਉਸ ਪਰਮਾਤਮਾ ਨਾਲ, ਉਸ ਗੁਰੂ ਦੀ ਦਾਤ ਨਾਲ, ਉਹਨਾਂ ਨਾਲ ਹੀ ਆਪਾਂ ਉਸ ਰਹਿਬਰ ਸੱਚੇ ਪਾਤਸ਼ਾਹ ਸਾਡੇ ਹਿਰਦੇ 'ਚ ਵਸੇ ਸਦਾ ਅੰਗ ਸੰਗੇ ਅਭੰਗਨ ਵਿਭੂਤੇ ਮੇਰਾ ਕਰੇ ਸਤਿਗੁਰੂ ਸੱਚੇ ਪਾਤਸ਼ਾਹ। ਅਸੀਂ ਉਸ ਪਰਮਾਤਮਾ ਦੀਆਂ ਯਾਦਾਂ ਨਾਲ ਜੁੜ ਸਕੀਏ, ਉਹ ਹਿਰਦੇ ਵਿੱਚ ਵੱਸ ਸਕੇ, ਉਸ ਅਕਾਲ ਪੁਰਖ ਰਹਿਬਰ ਦਾ ਨਾਮ ਵਿਸਾਰ ਖੁਆਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ, ਇਹ ਤ੍ਰਿਗ ਜੀਵਨ ਰਹਿਣਾ ਨਹੀਂ ਗਾ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਮਹਾਰਾਜ ਸੱਚੇ ਪਾਤਸ਼ਾਹ ਰਹਿਮਤਾ ਕਰੀ ਚੜ੍ਹਦੀਆਂ ਕਲਾ ਕਰੀ। ਇਹ ਸੱਚੇ ਪਾਤਸ਼ਾਹ ਇਹ ਸਾਡੇ ਹਰੀ ਪਾਪੀਆਂ ਦੇ ਬਖਸ਼ਿਸ਼ ਕੀਤੀ ਆ, ਇੱਕ ਨਵੀਂ ਰੂਹ ਪੰਥ 'ਚ ਫੂਕਦੀ ਆ। ਆਪਾਂ ਨਵੇਂ ਸਿਰੋਂ ਇੱਕ ਪੜਾਅ ਨੂੰ ਤੈਅ ਕਰਨ ਵਾਸਤੇ ਤੁਰੇ ਹਾਂ। ਅਤੇ ਇੱਕ ਮੇਰੀ ਬੇਨਤੀ ਹੈ ਵੀਰੇ, ਨੰਬਰ ਮੈਂ ਤੁਹਾਨੂੰ ਵੇਖ ਲਓ, ਜਿਹੜਾ ਵੀ ਕੋਈ ਮੈਸੇਜ ਕਰਦਾ ਸਾਰਿਆਂ ਨੂੰ ਹੀ ਦੇ ਦਿੰਦੇ ਹਾਂ, ਪਰ ਜ਼ਿੰਮੇਵਾਰੀ ਮੇਰੀ ਕੋਈ ਨਹੀਂ, ਹੁਣ ਚੱਕਾਂਗੇ ਜਾਂ ਨਾ ਚੱਕਾਂਗੇ ਇਹ ਗੱਲਾਂ ਨਹੀਂ ਹੁੰਦੀਆਂ ਹੈਗੀਆਂ। ਹੁਣ ਕਿਤੇ ਸਮਾਂ ਕਿਹੋ ਜਿਹਾ ਹੁੰਦਾ, ਦੀਵਾਨਾਂ 'ਚ ਸਜੇ ਹੋਈਏ ਤਾਂ ਫੋਨ ਬੰਦ ਹੀ ਹੁੰਦੇ ਆ ਜ਼ਿਆਦਾਤਰ, ਅਤੇ ਆ ਜਿਹੜਾ ਲਾਈਵ ਕਰਨ ਦਾ ਚੱਲਿਆ ਵੀ ਹੈ ਨਾ, ਇਹਦੀਆਂ ਵੀ ਤੁਹਾਨੂੰ ਮੈਂ ਰਾਤ ਨੂੰ ਅੱਜ ਦੱਸ ਦਿਆ ਕਈ ਵਾਹਿਗੁਰੂ। ਇਹ ਵੀ ਕਈ ਵੀਰਾਂ ਨੂੰ ਹੁਣ ਚਿੰਤਾ ਬਣੀ ਵੀ ਹੈ ਵੀ ਇਹ ਲਾਈਵ ਕਰਦਾ ਜਾਂ ਇਹ ਕਰਦਾ ਗਾ, ਹੈ ਨਾ, ਜਦੋਂ ਮਾਰਾਂ ਪੈਂਦੀਆਂ ਕੌਣ ਕਿੱਥੇ ਸਹਾਈ ਹੁੰਦਾ ਗਾ, ਇਹਦੀਆਂ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਕੌਣ ਕਿਹਦਾ ਸਾਥ ਦਿੰਦਾ ਜਾਂ ਨਹੀਂ ਦਿੰਦਾ ਗਾ, ਕੌਣ ਕਿੰਨਾ ਸਾਥ ਕਿਸੇ ਦਾ ਦਿੰਦੀ ਆ, ਕਿਵੇਂ ਦਿੰਦੀ ਆ, ਸਭ ਕੁਛ ਅੱਜ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਖੋਲਾਂਗੇ।
ਸਾਰੀਆਂ ਗੱਲਾਂ ਇਹ ਵੀ ਹੈ ਗੱਲ ਵੀ ਗੁਰੂ ਦਾ ਓਟ ਆਸਰਾ ਲੈ ਕੇ ਗੱਲ ਤੁਹਾਡੇ ਨਾਲ ਜਿਹੜੀ ਦਿਲ ਦੀਆਂ ਕਰਨੀਆਂ ਨਿਤ ਨਿਤ ਦਾ ਕੁੱਤੀ ਜੀ ਕਾਏ ਵੀ ਮਕਾਉਣਾ ਆਪਾਂ ਹੁਣ ਜਿਹੜੇ ਭਾਈ ਅੰਮ੍ਰਿਤਪਾਲ ਸਿੰਘ ਜੀ ਬਚਨ ਕਰਦੇ ਉਹਨਾਂ ਨਾਲ ਇਕੱਲੇ ਇਕੱਲੇ ਬਚਨ ਨਾਲ ਆਪਦੇ ਦਿਲ ਮੰਨਿਆ ਤੇ ਇੱਥੇ ਉਸ ਵੀਰ ਦਾ ਸਾਥ ਦੇਣ ਲਈ ਆਏ ਆ ਉਹਦੇ ਨਾਲ ਬੋਟਾ ਜੋੜਿਆ ਹੈ ਨਾ ਇਹ ਨਹੀਂ ਗਾ ਵੀ ਆਪਾਂ ਇੱਥੋਂ ਕੋਈ ਖੱਟੀ ਖਾਈਏ ਜਾਂ ਇਹਨਾਂ ਦਾ ਨਾਲ ਰਹਿ ਕੇ ਆਪਦੀ ਕੋਈ ਜਿਹੜੀ ਕਿਸੇ ਨੂੰ ਵਡਿਆਈ ਦੇਣੀ ਉਹ ਮਾਲਕ ਸੱਚੇ ਪਾਤਸ਼ਾਹ ਨੇ ਦੇਣੀ ਆ ਬੰਦਾ ਨਾ ਕਿਸੇ ਨੂੰ ਕੋਈ ਵਡਿਆਈ ਦੇ ਸਕਦਾ ਅਤੇ ਨਾ ਹੀ ਹੋ ਸਕਦਾ ਆ ਕਰਮ ਚੰਗੇ ਮਾੜੇ ਕਰਮ ਹੀ ਆਪੋ ਆਪਣੀ ਕੇ ਨੇੜੇ ਤੇ ਦੂਰ ਕਰਮਾ ਕਰਕੇ ਹੀ ਅਸੀਂ ਉਸ ਪਰਮਾਤਮਾ ਦੇ ਨੇੜੇ ਵੀ ਹਾਂ ਅਤੇ ਦੂਰ ਵੀ ਹਾਂ ਰਹਿਮ ਤਾਂ ਕਰੇ ਪਾਤਸ਼ਾਹ ਇਹ ਅਕਾਲ ਪੁਰਖ ਸਭਨੀ ਛਾਲਾਂ ਮਾਰੀਆਂ ਕਰਤਾ ਕਰੈ ਸੋ ਹੋਏ ਹੋਣਾ ਉਹੀ ਹੈ ਜਿਹੜਾ ਉਸ ਅਕਾਲ ਪੁਰਖ ਵਾਸਤੇ ਵੀ ਰਚਨਾ ਚ ਅਕਾਲ ਚੱਲਣ ਨਾਲ ਵੀਰ ਗਾਈਡ ਕਰ ਰਹੇ ਆ ਸਾਰੀਆਂ ਫੌਜਾਂ ਤਨਾਤ ਆਪਦੇ ਆਪਦੇ ਥਾਂ 'ਤੇ ਸਿਕਿਉਰਿਟੀ ਵਾਲੇ ਵੀਰ ਵੀ ਚੰਡੀਗੜ੍ਹ ਜਿਹੜੇ ਨੌਜਵਾਨ ਸਾਰੇ ਆ ਕੇ ਸਾਥ ਦੇਣਾ ਚਾਹੁੰਦੇ ਚੰਡੀਗੜ੍ਹ ਬਸ ਸਾਰੀਆਂ ਫੌਜਾਂ ਬੜੇ ਫੋਨ ਇਹ ਵੀ ਆਉਂਦੇ ਆ ਵੀ ਅਸੀਂ ਤਾਂ ਭਾਈ ਨਸ਼ਾ ਛੱਡਣਾ ਹੈ ਨਾ ਨਸ਼ਾ ਛੱਡਣਾ ਚਾਹੁੰਦੇ ਹਾਂ ਅਤੇ ਤੁਹਾਡੇ ਨਾਲ ਰਹਿਣਾ ਚਾਹੁੰਦੇ ਹਾਂ ਹੁਣ ਕਈ ਬੰਦੇ ਵੀਰਾਂ ਨੂੰ ਤਾਂ ਹੈ ਨਾ ਵੀ ਰੱਖਣਾ ਕਰਨਾ ਸਾਡੇ ਕੋਲ ਹਜੇ ਜਿਹੜਾ ਪ੍ਰਬੰਧ ਆ ਉਹ ਦਿਨੋਂ ਦਿਨ ਜਿਵੇਂ ਵੱਧਦਾ ਜਾਂਦਾ ਗਾ ਭਾਈ ਸਾਹਿਬ ਯਾਨੀ ਕਿ ਕੋਈ ਟੈਂਟ ਤੰਬੂਆਂ ਦਾ ਆਪਦਾ ਕਰਤੇ ਵੀ ਜੇ ਕਿਸੇ ਵੀਰ ਨੇ ਆਉਣਾ ਗਾ ਰਹਿਣ ਨੂੰ ਜਗ੍ਹਾ ਤਾਂ ਚਲੋ ਮਿਲ ਹੀ ਜਾਂਦੀ ਆ ਆਪਦਾ ਦਰੀ ਕੰਬਲ ਕੋਈ ਲੈ ਕੇ ਆਇਆ ਕਰੋ ਨਾਲ ਵੀ ਉੱਥੇ ਲੈਣ ਲੂਣ ਦਾ ਸੌਖਾ ਹੋ ਜਾਵੇ ਅਤੇ ਬਾਕੀ ਕੋਈ ਰਹਿਣ ਪੈਣ ਨੂੰ ਜਿੱਥੇ ਸਾਰੀ ਸੰਗਤ ਸੌਂਗੀ ਉੱਥੇ ਕਿਤੇ ਨਾ ਕਿਤੇ ਜਗ੍ਹਾ ਪਾਤਸ਼ਾਹ ਦੀ ਕਿਰਪਾ ਨਾਲ ਮਿਲ ਹੀ ਜਾਣੀ ਆ ਜਿਉਂਦੇ ਵਾਸਤੇ ਰਹੋ ਸੱਚੇ ਪਾਤਸ਼ਾਹ ਦੀ ਇਹ ਹੁਣ ਜੰਗ ਜਿਹੜੀ ਲੜਾਈ ਹੈ ਇਹ ਆਪਦੇ ਸਫਰਾਂ ਨੂੰ ਤੈਅ ਕਰਦੀ ਹੋਈ ਹਰ ਰੋਜ਼ ਨਵੇਂ ਮੁਕਾਮ 'ਤੇ ਪਹੁੰਚਦੀ ਆ ਅਤੇ ਸੱਚੇ ਪਾਤਸ਼ਾਹ ਰਹਿਮਤ ਕਰੇ ਅਸੀਂ ਤਨ ਮਨ ਧਨ ਸਭ ਸੌ ਗੁਰ ਤੋਂ ਹੁਕਮ ਮੰਨਿਆ ਪਾਈਆ ਗੁਰੂ ਦੀ ਮਿਹਰ ਨਾਲ ਅਸੀਂ ਅਨੰਦਪੁਰ ਸਾਹਿਬ ਘਰ ਵੜ ਜਾਈਏ ਮਿਹਰਾਂ ਕਰਿਓ ਮੇਰਾ ਪਾਤਸ਼ਾਹ ਸੱਚੇ ਪਾਤਸ਼ਾਹ ਦੇ ਚਰਨ ਸ਼ਰਨ ਏਕ ਪਿੰਡਾ ਜਾਏ ਚੱਲ ਸਤਿਗੁਰ ਕੋਟ ਪਿੰਡ ਆ ਕੇ ਹੋਏ ਲੇਤ ਹੈ ਸੱਚੇ ਪਾਤਸ਼ਾਹ ਸਾਨੂੰ ਉਹ ਬਲ ਦਈ ਜਿਹੜਾ ਇੱਕ ਪਿੰਡਾ ਉਸ ਦਿਨ ਪੱਟ ਕੇ ਆਏ ਸੀ ਅੱਜ ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਹਾਂ ਆਪਦੇ ਨਿੱਜੀ ਤੌਰ 'ਤੇ ਮਾਨਸਿਕ ਤੌਰ 'ਤੇ ਤਾਂ ਭਾਵੇਂ ਕਿਤੇ ਹਾਰ ਗਏ ਹੋਏਗੇ ਵੀ ਅੰਦਰੂਨੀ ਤੌਰ 'ਤੇ ਵੀ ਆਪਦੇ ਆਪ ਨੂੰ ਹਾਰਿਆ ਮਹਿਸੂਸ ਕਰਦੇ ਹੋਏਗੇ ਪਰ ਦੁਨੀਆਂ ਦੇ ਵਿੱਚ ਅਜੇ ਤਾਂ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਤੇ ਵੀ ਪੈਠ ਨਹੀਂ ਲੱਗਣ ਦਿੱਤੀ ਇਹ ਸੱਚੇ ਸਤਿਗੁਰੂ ਦੀ ਮਿਹਰ ਰਹੀ ਆ ਅਤੇ ਨਾ ਹੀ ਅੱਗੇ ਲੱਗਣ ਦੇਵੇ ਸਮਰੱਥ ਗੁਰੂ ਸਿਰ ਹੱਥ ਧਰਿਓ ਹਾਂਜੀ ਬੋਜੋ ਉਹ ਕੱਟਿਆ ਗਿਆ ਸੀਗਾ ਵਿੱਚੋਂ ਅਤੇ ਫੋਨ ਆ ਗਿਆ ਸੀਗਾ ਆਏ ਹੁਣ ਫੋਨ ਜਦੋਂ ਆ ਜਾਂਦੇ ਕਈ ਵਾਰੀ ਚੱਕਣੇ ਪੈ ਜਾਂਦੇ ਹੁਣ ਨਹੀਂ ਕਈ ਵਾਰੀ ਸਮੱਸਿਆ ਆਉਂਦੀ ਨਹੀਂ ਚੱਕੇ ਜਾਂਦੇ ਗੇ ਅਤੇ ਮੇਰਾ ਬਾਈ ਗੁੱਸਾ ਗਾਸਾ ਨਾ ਕਰਿਆ ਕਰੋ ਆਪਦਾ ਹੁਣ ਕਹਿੰਦੇ ਭਾਈ ਸਾਹਿਬ ਨਾਲ ਗੱਲ ਕਰਾ ਦਿਓ ਭਾਈ ਸਾਹਿਬ ਨਾਲ ਹੁਣ ਤੁਸੀਂ ਵੇਖੋ ਇੱਥੇ ਜਿਹੜੇ ਮੌਜੂਦਾ ਨੌਜਵਾਨ ਖੜੇ ਆ ਕਈ ਵਾਰੀ ਉਹਨਾਂ ਨੂੰ ਨਹੀਂ ਮਿਲਿਆ ਜਾਂਦਾ ਗਾ ਹੈ ਨਾ ਅਤੇ ਅਸੀਂ ਹੁਣ ਬਾਹਰਲਿਆਂ ਦੀ ਕਿਸੇ ਕਿਵੇਂ ਗੱਲ ਕਰਾ ਦਿਆ ਕਰਕੇ ਵੀ ਉਹ ਹਰੇਕ ਬੰਦਾ ਕਹਿੰਦਾ ਮੇਰੀ 5 ਮਿੰਟ ਗੱਲ ਹੋਏ 4 ਹੈ ਨਾ ਇੱਥੇ ਜਿਹੜੇ ਮੌਜੂਦਾ ਖੜੇ ਆ ਉਹਨਾਂ ਦਾ ਹੀ ਇੰਨਾ ਹੋ ਜਾਂਦਾ ਗਾ ਵੀ ਉਹਨਾਂ ਨੂੰ ਵੀ ਮਿਲਣਾ ਕਈ ਵਾਰੀ ਔਖਾ ਹੋ ਜਾਂਦਾ ਗਾ ਇਹ ਗੱਲ 'ਤੇ ਗੁੱਸਾ ਨਾ ਕਰਿਆ ਕਰੋ ਹੱਕ 'ਚ ਆਇਆ ਕਰੋ ਵੀ ਕੋਈ ਗੱਲ ਨਹੀਂ ਸਮੇਂ ਨੂੰ ਵਿਚਾਰਿਆ ਕਰੋ ਵੀ ਹਾਂ ਵੀ ਉਹ ਕਿਵੇਂ ਸਮਾਂ ਨਿਘਾ ਰਹੇ ਆ ਹਰੇਕ ਬੰਦੇ 'ਤੇ ਏਜੰਸੀਆਂ ਦਾ ਹਰੇਕ ਬੰਦੇ 'ਤੇ ਪੁਲਿਸ ਦਾ ਪ੍ਰੈਸ਼ਰ ਆਉਣ ਵਾਲੇ ਸਮੇਂ 'ਚ ਪੈ ਜੇ ਹੁਣ ਭਾਵੇਂ ਅਗਲਾ ਕੋਈ ਚਾਹ ਨਾਲ ਆਉਂਦਾ ਗਾ ਅਤੇ ਹਰੇਕ ਬੰਦੇ 'ਤੇ ਭਾਰਤ ਦੀਆਂ ਏਜੰਸੀਆਂ ਦੀ ਨਿਗ੍ਹਾ ਰਹਿਣੀ ਆ ਇੰਟੈਲੀਜੈਂਸ ਦੀ ਨਿਗ੍ਹਾ ਰਹਿਣੀ ਆ ਕਿਉਂਕਿ ਹਰੇਕ ਬੰਦਾ ਬਾਗੀ ਆ ਜਿਹੜਾ ਇੱਥੇ ਆਉਂਦਾ ਭਾਵੇਂ ਉਹ ਸਾਡੀ ਮਾਂ ਹੋਵੇ ਭੈਣ ਹੋਵੇ ਧੀ ਹੋਵੇ ਸਾਰੇ ਬੰਦੇ ਨੌਕਰੀਆਂ ਪੇਛਿਆਂ ਵਾਲੇ ਸਾਰੇ ਬੰਦੇ ਇੱਥੇ ਆਉਂਦੇ ਆ ਅਤੇ
ਬੇਨਤੀ ਆ ਵੀ ਚੜ੍ਹਦੀ ਕਲਾ ਚ ਸੋਚਿਆ ਕਰੋ, ਆਪਦੇ ਮਾਨਸਿਕਤਾ ਨੂੰ ਉਸੇ ਉੱਚੇ ਸੁੱਚੇ ਲੈਵਲ ਤੇ ਆ ਕੇ ਰੱਖਿਆ ਕਰੋ। ਇਹ ਨੀ ਗੱਲਾਂ ਹੁੰਦੀਆਂ ਵੀ ਹਾਂ ਮੈਨੂੰ ਉਹਨੇ ਬੋਲਿਆ ਨੀ ਜਾਂ ਮਿਲਿਆ ਨੀ ਗਾ ਯਾਰ, ਹੈਨਾ। ਇੱਕ ਵੀਰ ਨੇ ਹੁਣ ਉਹਦੇ ਨਾਲ ਇੱਕ ਕਹਿੰਦਾ ਬਈ 14 ਫੋਨ ਲਾਏ ਤੂੰ ਮਸਾਂ ਚੱਕਿਆ। ਬਈ ਅਸੀਂ ਹੁਣ ਜਦੋਂ ਕਿਤੇ ਹੁੰਦੇ ਆ ਸਾਈਲੈਂਟ ਫੋਨ, ਜੇ ਤਾਂ ਆ ਗਿਆ ਹੱਥ ਜੇ ਪਤਾ ਲੱਗ ਗਿਆ ਚੱਕ ਲਈਦਾ ਜੇ ਟਾਈਮ ਹੋਵੇ। ਹੁਣ ਕਈ ਵੀਰਾਂ ਦੀ ਬਾਈ ਨਾਲ ਗੱਲ ਕਰਾਈ ਵੀ ਆ, ਮੌਕੇ ਤੇ ਫੋਨ ਆ ਗਿਆ ਉਹਨਾਂ ਦੀ ਵੀ ਹਾਂ ਲੈ ਭਾਈ ਆ ਗੱਲ ਕਰ ਲਾ। ਹੁਣ ਸਾਰੇ ਸੱਜਣ ਹੈਨਾ ਇਹ ਥੋੜਾ ਬਹੁਤਾ ਉਹ ਕਹਿੰਦਾ ਵੀ ਹਾਂ ਤੂੰ ਨੰਬਰ ਦਿੱਤਾ ਪਹਿਲਾਂ ਤਾਂ ਗਲਤ ਦਿੱਤਾ, ਹੁਣ ਤੁਸੀਂ ਗਲਤ ਲਿਖ ਲਿਆ ਜਾਂ ਕੀ ਕਰ ਲਿਆ ਯਾਰ, ਹੁਣ ਮੈਂ ਕੀ ਕਰ ਸਕਦਾ, ਹੈਨਾ। ਤੇ ਆਪਦਾ ਬਾਈ ਚੜ੍ਹਦੀ ਕਲਾ ਨਾਲ ਸੋਚਿਆ ਕਰੋ ਇੱਥੇ ਅਸੀਂ ਆਪਦੇ ਕਿਹੜੇ ਹਾਲਾਤਾਂ 'ਚ ਕਿਵੇਂ ਪਹੁੰਚਦੇ ਹਾਂ ਜਾਂ ਕਿਵੇਂ ਆਪਦਾ ਚਲਾਉਂਦੇ ਹਾਂ ਸਿਸਟਮ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜਾਣਦਾ, ਹੈਨਾ। ਅੱਜ ਤਾਂ ਹੀ ਕਿਸੇ ਵੀ ਬੰਦੇ ਨੂੰ ਧੋਖੇ ਜਾਂ ਫਰੇਬ ਨਾਲ ਨਹੀਂ ਕਿਸੇ ਨੂੰ ਵੀ ਕਮਾਇਆ ਗਾ, ਜੇ ਪਿਆਰ ਕਿਸੇ ਦਾ ਕਮਾਇਆ ਤੇ ਉਹ ਗੁਰੂ ਦੀ ਰਹਿਮਤ ਨਾਲ ਕਮਾਇਆ ਗਾ, ਉਸ ਗੁਰੂ ਦੀ ਬਖਸ਼ਿਸ਼ ਨਾਲ ਕਮਾਇਆ। ਬੜੇ ਵਾਕੇ ਸਾਨੂੰ ਜਦੋਂ ਲਾੜ ਹੋ ਰਹੀ ਉਹ ਇੰਟਰਵਿਊ ਚੱਲਣਾ ਜਲੰਧਰ ਦੇ ਵਿੱਚ 76 ਮਾਰਚ ਕੱਢਿਆ ਜਾਵੇਗਾ, ਜਿਹੜੇ ਸਹਿਬ ਸੈਣ ਵਾਲੇ ਜਾਂ ਹੋਰ ਇੱਥੇ ਲਲੀਆਂ ਛਲੀਆਂ ਕਹਿੰਦੇ ਆ ਜੀ 5 ਲੱਖ ਦਿੰਦੇ ਆ ਮੂੰਹ ਕਾਲਾ ਕਰਨ ਨੂੰ ਫਲਾਨਾ ਦਿੰਦੇ ਆ, ਆ ਜਾਓ ਉਹ ਆਪ ਆਇਓ ਸਾਡੇ ਤੋਂ ਭਾਵੇਂ 10 ਲੱਖ ਲੈ ਜਾਓ ਕਿ ਨਹੀਂ ਬਾਬਾ ਜੀ, ਹੈ ਉਹਨੂੰ ਕਿ ਗਿਣੇ ਪਏ ਆ, ਜਦੋਂ ਮਰਜ਼ੀ ਆ ਜਾਓ। ਇਹ ਐਂ ਨਹੀਂ ਗੱਲਾਂ ਬਾਤਾਂ ਫੋਕੀਆਂ ਹਵਾ ਜੀ ਕਹਿਤੀਆਂ ਤੇ ਐਂ ਜੋ ਹੋ ਜੂਗੇ, ਪੱਥਰਾਂ ਪੁੱਥਰਾਂ ਦੇ ਕਿਹੜੀਆਂ ਲਕੀਰਾਂ। ਇਹ ਬਚਨ ਖਾਲਸੇ ਪੰਥ ਦਾ, ਖਾਲਸੇ ਪੰਥ ਨੇ ਜਿਹੜਾ ਬਚਨ ਕਰ ਲਿਆ ਉਹਦੇ ਤੋਂ ਫਿਰੇ ਨਹੀਂ ਗਏ ਅੱਜ ਤਾਈ। ਅੱਜ ਤਾਈ ਦਾ ਤਾਂ ਇਹ ਰਿਕਾਰਡ ਹੈ, ਅੱਗੇ ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰੇ ਤੇ ਆਪਦਾ ਜਿਹੜਾ ਵੀ ਬਚਨ ਕੀਤਾ ਉਹਦੇ ਤੋਂ ਪਿੱਛੇ ਨਾ ਹਟ ਗਏ, ਕਿਉਂਕਿ ਖਾਲਸਾ ਪੰਥ ਸੂਰਬੀਰ ਬਚਨ ਕਾ ਬਲੀ ਆ। ਇੱਥੇ ਸਰੀਰ ਕਿਸੇ ਦਾ ਹੋ ਸਕਦਾ, ਪਰ ਉੱਤੇ ਤੇ ਅੰਦਰ ਤਨ ਕਰਕੇ ਤੇ ਮਨ ਕਰਕੇ ਜਿਹੜਾ ਚੋਲਾ ਪਾਇਆ ਉਹ ਗੁਰੂ ਪੰਥ ਦਾ, ਗੁਰੂ ਪਰਮੇਸ਼ਰ ਦਾ। ਹਾਂਜੀ ਬਾਬਾ ਜੀ ਪਾਤਸ਼ਾਹ ਦੀ ਮਿਹਰ। ਇਹ ਇਖਲਾਕੀ ਫਰਜ਼ ਆ ਸਾਡੇ ਇਖਲਾਕੀ, ਜਿਹੜੇ ਸਾਨੂੰ ਜਿਹੜੇ ਜਿੰਨਾ ਇਹਨਾਂ ਨੇ ਮਾਰਾਂ ਜਿਹੜੇ 84 ਤੋਂ ਬਾਅਦ ਸਾਡੇ ਤੇ ਅਟੈਕ ਹੋਇਆ, ਜਿਹੜੀਆਂ ਮੁਗਲਾਂ ਤੋਂ ਕਸਰਾਂ ਰਹਿ ਗਈਆਂ ਸੀ ਨਾ ਉਹ ਇਸ ਹਕੂਮਤ ਨੇ ਸਾਡੇ ਤੇ ਕੱਢੀਆਂ, ਤੇ ਜਿਹੜੀਆਂ ਇਹ ਹਕੂਮਤ ਨੇ ਜਦੋਂ ਕੱਢੀਆਂ ਤੇ ਫਿਰ ਜਿਵੇਂ ਚੰਗੇ ਗਾਣੇ ਗਾਏ, ਜਿਵੇਂ ਹੁਣ ਹੰਸਰਾਜ ਵਰਗਿਆਂ ਨੇ ਪੱਤਾ ਪੱਤਾ ਸਿੰਘਾਂ ਦਾ ਵੇਰੀ ਇੱਕ ਇੱਕ ਗਾਣਾ ਗਾ ਕੇ ਬਾਅਦ ਚ ਜੋ ਗੰਦ ਪਰੋਸਣਾ ਸੀਗਾ ਉਹਨਾਂ ਨੇ ਪਰੋਸਿਆ। ਗੁਰਦਾਸ ਮਾਨ ਵਰਗਿਆਂ ਨੇ ਨਕੋਦਰ ਆ ਕੇ ਕੀ ਕਿਹਾ,
ਹਨਾ ਵੀ ਆ ਸਾਈ ਸਾਡਾ ਫਲਾਨਾ ਸਾਡਾ ਹੈ ਇਹ ਸਾਰੀਆਂ ਉਹਨਾਂ ਦੀਆਂ ਚਾਲਾਂ ਸੀ ਤੇ ਇੱਥੇ ਜਦੋਂ ਨਕੋਦਰ ਕੋਈ ਨੌਜਵਾਨ ਆਉਂਦੇ ਸਾਰਿਆਂ ਨੂੰ ਬੀੜੀਆਂ ਪੀਣ ਲਾਤਾ ਹਨਾ ਇਹ ਚੀਜ਼ਾਂ ਨੂੰ ਅੱਜ ਸਮਝ ਚੁੱਕੀ ਹੈ ਕੌਮ ਨੌਜਵਾਨੀ ਸਮਝ ਚੁੱਕੀ ਹੈ ਉਸ ਨਸ਼ਿਆਂ ਦੀ ਦਲ ਦਲ ਚ ਉਹਨਾਂ ਨੂੰ ਚਾਹ ਉਹਨਾਂ ਦਾ ਆਪਦਾ ਇੱਕ ਏਮ ਆ ਵੀ ਹਾਂ ਯਾਰ ਸਾਡੀ ਬਾਂਹ ਫੜ ਕੇ ਕੋਈ ਕਰ ਲੇ ਤੇ ਉਹ ਬਾਈ ਬਾਂਹ ਹੁਣ ਅੰਮ੍ਰਿਤਪਾਲ ਸਿੰਘ ਦੇ ਰੂਪ ਚ ਆਈ ਆ ਵੇਖੋ ਸਾਨੂੰ ਤਾਂ ਕਿਸੇ ਨਾਲ ਨਾ ਕੋਈ ਈਰਖਾ ਅਸੀਂ ਤਾਂ ਜੇ ਕਹੂਗਾ ਥੱਲੇ ਬਹਿ ਜਾ ਥੱਲੇ ਬਹਿ ਜਾਂਗੇ ਤਾਂ ਕਹੂਗਾ ਤਾਂ ਬਹਿ ਜਾਂਗੇ ਅਸੀਂ ਇਸ ਵੀਰ ਦਾ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਲਈ ਆਏ ਆ ਹੋਰ ਅਸੀਂ ਜਿਸ ਸਮੇਂ ਸਤਿਗੁਰੂ ਕਲਗੀਧਰ ਪਾਤਸ਼ਾਹੀਆਂ ਦਾ ਚਮਕੌਰ ਦੇ ਵਿੱਚ ਜੰਗ ਲੱਗਾ ਨਾ ਉਹ ਜੰਗ ਦੇ ਵਿੱਚ ਬੜੇ ਤਕੜੇ ਜਰਨੈਲ ਆਏ ਖਵਾਜਾ ਮਰਦੂਦ ਅਨਾਰ ਖਾਨ ਵਰਗੇ ਜਰਨੈਲ ਇਹੋ ਜਿਹੇ ਜਰਨੈਲ ਆਏ ਤੇ ਸਤਿਗੁਰੂ ਜੀ ਕਹਿੰਦੇ ਮੈਂ ਇਹਦੇ ਪਹਿਲਾਂ 30 ਜਰਨੈਲਾਂ ਨੂੰ ਹੀ ਮਾਰਾਂਗੇ ਜਦੋਂ ਸਤਿਗੁਰੂ ਜੀ ਨੇ ਆਪਣੇ ਭੱਠੇ ਦੇ ਵਿੱਚੋਂ ਇੱਕ ਤੀਰ ਕੱਢਿਆ ਨਾ ਉਹ ਜਿਹੜਾ ਤੀਰ ਮਹਾਰਾਜ ਸੱਚੇ ਪਾਤਸ਼ਾਹ ਛੱਡਦੇ ਸਨ ਨਾ ਜਦੋਂ ਤੇ ਉਹ ਘੱਟੋ ਘੱਟ ਨਾ 10-10 ਹਜ਼ਾਰ ਦੀ ਸ਼ਾਂਤੀ ਤੋਂ ਨਿਕਲ ਜਾਂਦੇ ਕਈ ਕਹਿੰਦੇ ਸੀਗੇ ਕਈ ਤੇ 9 ਟੰਕ ਦਾ ਟੰਕਿਆਂ ਵਾਲਾ ਤੀਰ ਸੀਗਾ ਤੇ ਇੱਕ ਟੰਕ ਤੇ ਘੱਟੋ ਘੱਟ 25 ਕਿਲੋ ਦਾ ਜ਼ੋਰ ਚਾਹੀਦਾ 200 ਕੁਇੰਟਲ 25 ਕਿਲੋ 225 ਕਿਲੋ ਭਾਰ ਹੋ ਗਿਆ 250 ਕਿਲੋ ਕੁਇੰਟਲ ਖਿੱਚ ਕੇ ਸਤਿਗੁਰੂ ਜੀ ਨੇ ਜਦੋਂ ਟੰਕ ਚਲਾਉਂਦੇ ਸੀ ਜਦੋਂ ਛੱਡਿਆ ਨਾ ਤੀਰ ਉਹ ਫਿਰ 10-10 ਹਜ਼ਾਰ ਦੀ ਕਿ ਮੈਂ ਕਿਹਾ ਗਾਂ ਭਾਰ ਦਾ ਹੀ ਚਲਾਉਂਦਾ ਸੀਗਾ ਤੀਰ ਤੇ ਸਤਿਗੁਰੂ ਜੀ ਨੇ ਕਿਹਾ ਸੀਗਾ ਔਰੰਗਜ਼ੇਬ ਨੂੰ ਲਿਖ ਕੇ ਪਾਈ ਚਿੱਠੀ ਚਿੱਠੀ ਦੇ ਵਿੱਚ ਸਤਿਗੁਰੂ ਜੀ ਨੇ ਕਿਹਾ ਮੈਂ ਪਹਿਲਾਂ ਤੇ ਮੈਂ ਉਹ ਮਹਾਰਾਜ ਜਰਨੈਲ ਜਿਹੜੇ ਤੂੰ ਭੇਜ ਇਹ ਜਫਰਨਾਮਾ ਸਾਹਿਬ ਜਫਰਨਾਮਾ ਲੈ ਕੇ ਭੇਜਿਆ ਜਫਰ